सारे वीर भरा उम्मीद करदा सारे ठीक होंगे, चढ़दी कला च होंगे। इस वाली वीडियो दे विच तुहानू पता कल मैसी ट्राइटर सीगे ते अज फिर जो है वड्डा टूरनामेंट तुहानू देखण नू मिलना। सारे कप्पां बारे ते खिडारियां बारे भी जानकारी देवांगे। जो है एक दिन पहला वीडियो बनाई हुंदी आ कप्पां वाली, तां करके जे इन्हां चों कोई प्लेयर नहीं खेडदा जो मैं दसूंगा हुण, तां उहदे नाल लई दिल तों माफ़ी चाहुंदी आ, क्योंकि असीं भी प्लेयरां नाल नहीं कॉन्टैक्ट कर पाउंदे। तुहानू भी पता प्लेयरां नाल कॉन्टैक्ट करना भी बहुत औखा, पेजां वालियां नाल गलबात करके जिन्ने कु खिडारी पता लगे आ उह तुहानू दस्सांगे। तुसीं जो है सुबह दी वीडियो देख रहे हैं, पर ये वीडियो काफ़ी टाइम पहला बनाई हुंदी आ, तां करके भी तां कि तुहानू सुबह जो है जल्दी वीडियो मिल सके। बाकी गल करिए टूरनामेंटां दी, आपां ढेर फतेहाबाद दे विच मेरे मित्रों अज वड्डा टूरनामेंट करवाया जाना सीगा। ये जो है 4 ट्रैक्टर वाला कबड्डी कप कैंसल कर दिता गया, जाने कि पोस्टपोन कर दिता गया। हुण जो है नवीं तरीकां जनवरी महीने दे विच टूरनामेंट जो है करवाया जाएगा। कुछ कारणों के कारण इत्थे शाजी हुणी, जग्गू हाकमवाल, कलवीर जटाणी हुणी वड्डियां टीमां बन के पहुँचणगियां सीगा, पर कुछ कारणों करके कप कैंसल हो गया। अज हरियाणे दे विच ढेर दे विच वड्डे खिडारी खेडने सी, बेस्टां नूं फोड़ 16 सद्दे पत्तर वालियां टीमां सी, 75,00,000 इनाम सी, वड्डे खिडारी पहुँचने सी, पर टूरनामेंट कैंसल आ। ਜਦੋਂ ਤਰੀਕ ਵੀ ਪਤਾ ਲੱਗੂਗੀ ਉਹ ਵੀ ਜ਼ਰੂਰ ਦੱਸਾਂਗੇ। ਬਾਕੀ ਹੋਰ ਅੱਗੇ ਵੱਡੇ ਕੱਪ ਆ ਜੋ ਖਿਡਾਰੀ ਜੋ ਹੈ ਮਾਝੇ 'ਚ ਅੱਜ ਵੱਡੇ ਕੱਪ 'ਤੇ ਪਹੁੰਚਣੇ ਆ, ਉਹਦੇ ਬਾਰੇ ਜੋ ਹੈ ਤੁਹਾਨੂੰ ਜਾਣਕਾਰੀ ਦੇਵਾਂਗੇ। ਟੂਰਨਾਮੈਂਟ ਦੌਲੇਵਾਲ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਚੋਟੀ ਦੀਆਂ ਕਲੱਬਾਂ ਖੇਡਣ ਜਾ ਰਹੀਆਂ, ਤੁਹਾਨੂੰ ਦਿਖਾ ਰਹੇ ਹਾਂ ਕਲੱਬਾਂ ਇਹ ਖੇਡਣਗੀਆਂ। ਪੰਜਾਬ live1.com ਅਫੀਸ਼ੀਅਲ ਵੈਬਸਾਈਟ 'ਤੇ ਲਾਈਵ ਚੱਲਣਾ ਇਹ ਟੂਰਨਾਮੈਂਟ ਵੀ, ਅੱਜ ਵਧੀਆ ਕੱਪ ਜਾਣੀ ਕਿ ਤੁਹਾਨੂੰ ਦੇਖਣ ਨੂੰ ਮਿਲੂਗਾ। ਇਸ ਤੋਂ ਅੱਗੇ ਅੱਜ ਜੋ ਹੈ ਟੂਰਨਾਮੈਂਟ, ਇਸ ਤੋਂ ਅੱਗੇ ਅੱਜ ਜੋ ਹੈ ਤੁਹਾਨੂੰ ਵੱਡਾ ਕੱਪ ਜੋ ਦੇਖਣ ਨੂੰ ਮਿਲਣਾ ਮਾਝੇ ਦੇ ਵਿੱਚ ਦਦੇਰ ਸਾਹਿਬ, ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਅੱਜ, ਜਿੱਥੇ ਕਿ ਜੋ ਹੈ ਰਿਕਾਰਡ ਬਣੇ ਆ। ਬੈਸਟਾਂ ਨੂੰ ਸਪਲੈਂਡਰ ਮੋਟਰਸਾਈਕਲ ਰੱਖੇ ਗਏ ਆ ਚੋਲਾ ਸਾਹਿਬ ਗੁਰਦਾਸਪੁਰ ਲਾਇਨਸ ਨੰਗਲੰਬੀਆਂ ਦੇ ਨਾਂ 'ਤੇ। ਵੱਡੀ ਟੀਮ ਖੇਡਣ ਜਾ ਰਹੀ ਹੈ, ਜਿੱਥੇ ਕਿ ਗੋਪੀ ਫਰੰਦੀਪੁਰੀਆ, ਪ੍ਰੀਤ ਲੱਦੂ ਹੁਣੀ ਵੱਡੀ ਟੀਮ ਬਣਾ ਕੇ ਲਿਆ ਰਹੇ ਆ, ਵੱਡੀਆਂ ਟੀਮਾਂ ਦੇ ਨਾਲ ਵੱਡੇ ਖਿਡਾਰੀ ਇੱਥੇ ਖੇਡਣਗੇ। ਪੰਜਾਬ live1.com ਅਫੀਸ਼ੀਅਲ ਵੈਬਸਾਈਟ 'ਤੇ ਲਾਈਵ ਚੱਲਣਾ ਇਸ ਟੂਰਨਾਮੈਂਟ ਦਾ ਵੀ, ਚੋਲਾ ਸਾਹਿਬ ਦੀ ਵੀ ਟੀਮ ਖੇਡਣੀ ਆ, ਹੋ ਸਕਦਾ ਅਰਸ਼ ਚੋਲੇ ਵਾਲਾ ਵੀ ਇਸ ਕੱਪ 'ਤੇ ਤੁਹਾਨੂੰ ਦੇਖਣ ਨੂੰ ਮਿਲੇ। ਅਤੇ ਬਾਕੀ ਮੇਰੇ ਮਿੱਤਰੋ ਭੁੱਲਰ ਹੇੜੀ ਦੇ ਵਿੱਚ ਵੀ ਵੱਡਾ ਟੂਰਨਾਮੈਂਟ ਆ ਜੋ ਓਪਨ ਦਾ ਕਰਵਾਇਆ ਜਾਣਾ, 3 ਖਿਡਾਰੀ ਬਾਹਰੋਂ ਕਾਰਡ 'ਤੇ 41,000 ਇਨਾਮ ਰੱਖਿਆ ਗਿਆ, ਬੈਸਟਾਂ ਨੂੰ 11,000 ਵੱਡਾ ਸਨਮਾਨ ਇੱਥੇ ਖਿਡਾਰੀਆਂ ਦਾ ਵੀ ਹੋਣਾ। ਬਾਕੀ ਗੱਲ ਕਰੀਏ ਜੱਗੂ ਹੁਣੀ, ਜੱਗੂ ਹੁਣਿਆਂ ਦਾ ਬਾਕੀ ਜੋ ਹੈ ਹਜੇ ਕਲੀਅਰ ਨਹੀਂ ਸੀਗਾ ਮਾਝੇ ਦੇ ਟੂਰਨਾਮੈਂਟ 'ਤੇ ਜੋ ਤੁਹਾਨੂੰ ਦੱਸਿਆ, ਉਸ ਕੱਪ 'ਤੇ ਜੋ ਹੈ ਤੁਹਾਨੂੰ ਉਹ ਖਿਡਾਰੀ ਵੀ ਜੱਗੂ ਨੂੰ ਵੀ ਦੇਖਣ ਨੂੰ ਮਿਲ ਸਕਦੇ ਆ। ਸੁਰਖਪੁਰ ਦੀ ਬਹੁਤ ਤਗੜੀ ਟੀਮ ਬਣ ਕੇ ਪਹੁੰਚਣ ਜਾ ਰਹੀ ਆ, ਜਸ਼ਨ ਆਲਮਗੀਰ ਪਹਿਲਵਾਨ ਵਰਗੇ ਸੋਨੇ ਹੁਣੀ ਵੱਡੀ ਟੀਮ ਦੇ ਵਿੱਚ ਖੇਡਣਗੇ। ਗਗਨ ਵੀ ਮੇਰੇ ਮਿੱਤਰੋ ਨੰਗਲੰਬੀਆਂ ਦੀ ਟੀਮ ਦੇ ਵਿੱਚ ਹਿੱਸਾ ਲਵੇਗਾ, ਸ਼ਾਜੀ ਅੱਜ ਜੋ ਹੈ ਰੈਸਟ 'ਤੇ ਹੋਊਗਾ। ਬਾਕੀ ਜੋ ਹੈ ਹੋਰ ਵੀ ਵੱਡੀਆਂ ਵੱਡੀਆਂ ਟੀਮਾਂ ਦੇ ਵਿੱਚ ਵੱਡੇ ਖਿਡਾਰੀ ਵੱਡੇ ਕੱਪ ਮਾਝੇ ਵਾਲੇ ਟੂਰਨਾਮੈਂਟ 'ਤੇ ਤੁਹਾਨੂੰ ਦੇਖਣ ਨੂੰ ਮਿਲਣਗੇ। ਭੁੱਲਰ ਹੇੜੀ ਦੇ ਵਿੱਚ ਵੀ ਅੱਜ ਵੱਡੇ ਮੈਚ, ਅਤੇ ਬਾਕੀ ਜੋ ਹੈ ਸ਼ੀਲੂ ਹਰਿਆਣੇ ਵਾਲੇ ਦੇ ਅੱਜ ਜੋ ਹੈ ਮੈਰਿਜ ਆ, ਭਰਾ ਦੀ ਸਾਡੇ ਦੀ ਮੈਰਿਜ ਆ 1-2 ਦਿਨਾਂ ਦੇ ਵਿੱਚ, ਤਾਂ ਕਰਕੇ ਜੋ ਹੈ ਉਹ ਨਹੀਂ ਖੇਡੂਗਾ। ਕਾਫੀ ਵੀਰ ਫਿਰ ਅੱਜ ਪੁੱਛਣਗੇ, ਕਿਉਂਕਿ ਜਿੱਦਣ ਸ਼ੀਲੂ ਦਾ ਨਾਂ ਨਾ ਲੱਗੇ ਤਾਂ ਵੀਰਾਂ ਨੂੰ ਹੁੰਦਾ ਵੀ ਸ਼ੀਲੂ ਬਾਰੇ ਦੱਸਿਆ ਹੀ ਨਹੀਂ ਕੁਛ। ਸ਼ੀਲੂ ਜੋ ਹੈ ਮੈਰਿਜ ਆ ਵੀਰ ਦੀ, ਤਾਂ ਕਰਕੇ ਉਹ 10-15 ਦਿਨ ਹਜੇ ਨਹੀਂ ਖੇਡੂਗਾ। ਆਉਣ ਵਾਲੇ ਮਹੀਨਿਆਂ ਦੇ ਵਿੱਚ ਸ਼ੀਲੂ ਦੀ ਖੇਡ ਵੀ ਜਨਵਰੀ ਦੇ ਮਹੀਨੇ ਦੇ ਵਿੱਚ ਦੇਖਣ ਨੂੰ ਮਿਲੂਗੀ। ਧੰਨਵਾਦ।